ਅੱਜ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਦੋਨਾਂ ਦੀਆਂ ਕੋਰ ਕਮੇਟੀਜ਼ ਦੀ ਜੁਆਇੰਟ ਮੀਟਿੰਗ ਅੱਜ ਜਲੰਧਰ ਕੀਤੀ ਗਈ। ਪਿਛਲੇ 2.5 ਮਹੀਨਿਆਂ ਦੇ ਵਿੱਚ ਜੋ ਹਾਲਾਤ ਪੰਜਾਬ ਦੇ ਬਣੇ, ਜਿਸ ਉਮੀਦ ਨਾਲ ਲੋਕਾਂ ਨੇ ਸਰਕਾਰ ਬਣਾਈ, ਉਸ ਉਮੀਦ ਦੇ ਖਿਲਾਫ ਜੈਜੀ ਸਰਕਾਰ ਨੇ ਕੰਮ ਕੀਤੇ, ਉਹਦੇ ਸਾਰੀਆਂ ਗੱਲਾਂ ਨੂੰ ਰਿਵਿਊ ਕੀਤਾ ਗਿਆ। 2 ਮਹੀਨੇ ਦੇ ਅੰਦਰ ਹੀ ਅਸਲੀ ਚਿਹਰਾ ਕਾਂਗਰਸ ਸਰਕਾਰ ਦਾ ਸਾਹਮਣੇ ਆ ਗਿਆ। ਸਭ ਤੋਂ ਵੱਡੇ ਵੱਡੇ ਘੁਟਾਲੇ, ਜਿਹੜੇ ਅਰਬਾਂ ਰੁਪਏ ਕਰੋੜਾਂ ਰੁਪਏ ਦੇ ਜਿਹੜੇ ਘੁਟਾਲੇ ਕੀਤੇ, ਜਿੱਥੇ ਉਹਨਾਂ ਦੇ ਮੰਤਰੀ ਰਾਣਾ ਗੁਰਜੀਤ ਸਿੰਘ, ਅਤੇ ਇਕੱਲੇ ਮੰਤਰੀ ਨਹੀਂ 10-11 MLA ਵੀ ਇਨਵੋਲਵਡ ਹੈ, ਜਿਹੜੇ ਸੈਂਡ ਘੁਟਾਲੇ, ਜਿਹੜਾ ਰੇਤਾ ਘੁਟਾਲਾ ਜਿਹੜਾ ਉਹਨਾਂ ਨੇ ਕੀਤਾ। ਘੁਟਾਲਾ ਇਹੋ ਜਿਹਾ ਕਿ ਜਿਹਦੇ 'ਚ ਕੋਈ ਇਨਵੈਸਟੀਗੇਸ਼ਨ ਕਰਨ ਦੀ ਵੀ ਲੋੜ ਨਹੀਂ ਹੈ, ਆ ਓਪਨ ਐਂਡ ਸ਼ਟ ਕੇਸ ਹੈ। ਪਰ ਜੈਜੀ ਰਿਸਪੋਂਸ ਐਂਡ ਨੋ ਰਿਸਪੋਂਸ ਗਵਰਨਮੈਂਟ ਤੋਂ ਆ ਰਹੀ ਹੈ, ਅਤੇ ਜਿਵੇਂ ਕਵਰ ਅਪ ਓਪਰੇਸ਼ਨ ਉਹਨਾਂ ਨੇ ਜਸਟਿਸ ਨਾਰੰਗ ਨੂੰ ਅੱਗੇ ਬਣਾਇਆ, ਆ ਕਲੀਅਰ ਕੱਟ ਪਾਲਿਸੀ ਹੈ ਕਿ ਨਾਲੇ ਲੁੱਟੋ ਅਤੇ ਨਾਲੇ ਪਰਵਾਹ ਨਾ ਕਰੋ। ਅਤੇ ਪਹਿਲੀ ਗੱਲ, ਸਾਡੀ ਦੋਨੋਂ ਕੋਰ ਕਮੇਟੀਜ਼ ਨੇ ਕੰਪਲੀਟਲੀ ਰਿਜੈਕਟ ਕਰਦੀ ਹੈ, ਵੀ ਡੂ ਨਾਟ ਐਕਸੈਪਟ ਜਸਟਿਸ ਨਾਰੰਗ ਜਿਹੜੀ ਉਹਨਾਂ ਨੇ ਕਮਿਸ਼ਨ ਬਣਾਇਆ, ਇਨਕੁਆਇਰੀ ਕਮਿਸ਼ਨ, ਵੀ ਡੂ ਨਾਟ ਐਕਸੈਪਟ ਇਟ। ਜੇ ਬਣਾਉਣਾ ਹੈ ਤਾਂ ਹਾਈ ਕੋਰਟ ਦੇ ਜੱਜ ਨੂੰ, ਸਿਟਿੰਗ ਜੱਜ ਨੂੰ ਕੀਤਾ ਜਾਏ, ਔਰ ਦ ਕੇਸ ਸ਼ੁੱਡ ਬੀ ਰੈਫਰਡ ਟੂ ED, ਇਨਕਮ ਟੈਕਸ ਔਰ CBI, ਕਿਉਂਕਿ ਇਹਦੇ ਵਿੱਚ ਮਿਨਿਸਟਰ ਇਨਵੋਲਵਡ ਹੈ, MLA ਇਨਵੋਲਵਡ ਹੈ, ਰੇਤਾਂ ਦੀ ਖੱਡਾਂ ਦੀ ਨਿਲਾਮੀ ਹੋਈ ਹੈ। ਅੱਜ ਇੱਕ ਨੈਸ਼ਨਲ ਪੇਪਰ ਨੇ ਡਿਟੇਲ ਵੀ ਦਿੱਤੀ ਹੈ ਕਿਵੇਂ 17 ਖੱਡਾਂ ਦੇ 'ਚ ਸਿੰਗਲ ਬਿੱਡ ਦੇ ਵਿੱਚ ਵੀ ਇਹਨਾਂ ਨੇ ਉਹ ਖੱਡਾਂ ਦਿੱਤੀਆਂ। ਸੋ ਇੱਕ ਆ ਬਹੁਤ ਵੱਡਾ ਇਸ਼ੂ ਹੈ ਜਿਹੜੇ ਪੰਜਾਬ ਦੇ ਵਿੱਚ ਪਬਲਿਕ ਨਾਲ, ਇਹਦੇ 'ਤੇ ਆ ਸਾਡੇ ਵਿਊ ਸਾਡੇ ਦੋਨੋਂ ਕੋਰ ਕਮੇਟੀ ਦਾ ਸੀ। ਦੂਜਾ ਇਸ਼ੂ ਜਿਹੜਾ ਸਾਡੀ ਦੋਨੋਂ ਜੁਆਇੰਟ ਕੋਰ ਕਮੇਟੀ ਨੇ ਦੇਖਿਆ ਕਿ ਕੈਪਟਨ ਸਾਹਿਬ ਨੇ, ਉਹਨਾਂ ਦੀ ਸਰਕਾਰ ਨੇ ਇੱਕ ਝੂਠਾ ਲਾਰਾ ਲਾ ਕੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਇੱਕ ਝੂਠਾ ਵਾਅਦਾ ਕੀਤਾ ਸੀ ਕਿ ਅਸੀਂ ਕਰਜ਼ਾ ਮਾਫ਼ ਕਰਾਂਗੇ। ਅੱਜ 2.5 ਮਹੀਨੇ ਹੋ ਗਏ ਹੈ, ਕਿਸਾਨ ਰੋਜ਼ ਆਤਮ ਹੱਤਿਆ ਕਰ ਰਹੇ ਹੈ, ਅਤੇ ਅਸੀਂ ਨਾਓ ਸਟਰੋਂਗਲੀ ਕਹਿਣਾ ਚਾਹੁੰਦੇ ਦੋਨੋਂ ਪਾਰਟੀਆਂ ਕਿ ਕੈਪਟਨ ਸਾਹਿਬ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰੋ। ਇਸ ਸੈਸ਼ਨ ਦੇ ਅੰਦਰ ਤੁਹਾਨੂੰ ਅਨਾਊਂਸ ਕਰਨਾ ਪੈਣਾ ਆਪਣਾ ਜਿਹੜਾ ਲੋਨ ਵੇਵਰ, ਆ ਜਿਹੜਾ ਤੁਸੀਂ ਪ੍ਰੋਪਾਗੈਂਡਾ ਜਾਣ ਕੇ ਵੇ ਆਊਟ ਲੱਭ ਰਹੇ ਹੋ ਕਿ ਹੁਣ ਡਿਲੇ ਕਰਨੀ, ਉਹ ਡਿਲੇ ਹੁਣ ਟੈਕਟਿਸ ਅਸੀਂ ਨਹੀਂ ਚੱਲਣ ਦੇਵਾਂਗੇ। ਕਿ ਜਿਹੜਾ ਇਹਨਾਂ ਨੇ ਹੁਣ ਸੈਕਸ਼ਨ 67 ਜਿਹੜਾ ਅਬੋਲਿਸ਼ ਕੀਤਾ ਹੈ, ਉਹ ਸੈਕਸ਼ਨ ਐਜ ਹੈ ਜਿਹਨੂੰ ਅੱਜ ਤੱਕ ਵਰਤਿਆ ਨਹੀਂ ਗਿਆ ਸੀ। ਜਿਹੜਾ ਅਸਲੀ ਸੈਕਸ਼ਨ ਹੈ ਜਿਹਨਾਂ ਨੇ ਅਬੋਲਿਸ਼ ਨਹੀਂ ਕੀਤਾ, ਉਹ ਹੈ ਸੈਕਸ਼ਨ 66/75 ਆਫ ਪੰਜਾਬ ਲੈਂਡ ਰੈਵਨਿਊ ਐਕਟ 1887, ਜਿਹਦੇ ਤਹਿਤ ਜਿਹੜੀ ਆਕਸ਼ਨ ਹੁੰਦੀਆਂ ਸੀ ਜ਼ਮੀਨਾਂ, ਜੇ ਰਿਕਵਰੀ ਹੁੰਦੀ ਸੀ, ਉਹ ਸੈਕਸ਼ਨ ਸੀ ਜਿੱਥੇ ਵਰਤੀ ਜਾਂਦਾ ਸੀ, ਉਹਨੂੰ ਤਾਂ ਇਹਨਾਂ ਨੇ ਅਬੋਲਿਸ਼ ਕੀਤਾ ਹੀ ਨਹੀਂ। ਇੱਕ ਉਹਦਾ ਸੈਕਸ਼ਨ ਕਰ ਦਿੱਤਾ 67A ਜਿਹਨੂੰ ਅੱਜ ਤੱਕ ਕਿਸੇ ਵਰਤਿਆ ਹੀ ਨਹੀਂ, ਉਹਦੀ ਕੋਈ ਵੈਲਿਊ ਹੀ ਨਹੀਂ ਉਸ ਸੈਕਸ਼ਨ ਦੀ। ਆਹ ਇੱਕ ਕਵਰ ਅਪ ਓਪਰੇਸ਼ਨ ਹੈ, ਉਵੇਂ ਹੀ ਆ ਲੋਨ ਵੇਵਰ ਵੀ ਇੱਕ ਝੂਠਾ ਡਰਾਮਾ ਕਰ ਰਿਹਾ ਹੈ, ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ, ਕਮੇਟੀ ਬਿਠਾ ਦੀ, ਹੋ ਕੀ ਰਿਹਾ? ਅੱਜ ਵਿਚਾਰੇ ਕਿਸਾਨ ਕਰਜ਼ਾ ਦੇਣੋਂ ਬੰਦ ਕਰ ਗਏ, ਅਤੇ ਮੈਂ ਤਾਂ ਕਿਸਾਨਾਂ ਨੂੰ ਅਪੀਲ ਕਰਦਾ ਪੰਜਾਬ ਦੇ ਕਿਸਾਨਾਂ ਨੂੰ, ਇਹਨਾਂ ਨੇ ਵੇਵ ਕਰਨਾ, ਸੋ ਕਰਜ਼ਾ ਦੇਣ ਦੀ ਲੋੜ ਨਹੀਂ, ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਅਤੇ ਇਹਨਾਂ ਨੇ ਆਪਣੀ ਕਮਿਟਮੈਂਟ ਤੋਂ ਪੂਰਾ ਕਰਨਾ ਹੀ ਪੈਣਾ, ਕਿਸੇ ਹਾਲਤ ਦਾ ਪੂਰਾ ਕਰਨਾ ਹੈ। ਤੀਜੀ ਇਸ਼ੂ ਜਿਹੜਾ ਸਾਡੀ ਦੋਨੋਂ ਕੋਰ ਕਮੇਟੀ ਨੇ ਦੇਖੀ ਹੈ ਕਿ ਪਿਛਲੇ 2.5 ਮਹੀਨਿਆਂ ਦੇ ਅੰਦਰ ਦਲਿਤ ਪਰਿਵਾਰਾਂ 'ਤੇ ਬਹੁਤ ਜ਼ਿਆਦਾ ਧੱਕੇ ਹੋ ਰਹੇ ਆ, ਝੂਠੇ ਕੇਸ ਬਣਾਏ ਜਾ ਰਹੇ ਆ, ਉਹਨਾਂ 'ਤੇ ਜ਼ੁਲਮ ਕੀਤਾ ਜਾ ਰਿਹਾ। ਕਾਂਗਰਸ ਲੀਡਰ ਅਖਬਾਰਾਂ 'ਚ ਬੋਸਟ ਕਰ ਰਿਹਾ ਦਲਿਤ ਪਰਿਵਾਰਾਂ ਨਾਲ ਧੱਕਾ ਕਰਕੇ, ਫੇਸਬੁੱਕ 'ਤੇ ਪਾ ਰਿਹਾ, ਅਤੇ ਕੋਈ ਐਕਸ਼ਨ ਲਿੱਤਾ ਜਾ ਰਿਹਾ। ਦੋਨੋਂ ਪਾਰਟੀਆਂ ਸਟਰੋਂਗਲੀ ਕੰਡੈਮ ਕਰਦੀਆਂ, ਅਤੇ ਅਸੀਂ ਹਰ ਇਸ਼ੂ ਨੂੰ ਨੈਸ਼ਨਲ ਸ਼ੂਲਕਾ ਕਮਿਸ਼ਨ ਦੇ ਕੋਲ ਵੀ, ਅਤੇ ਅਸੀਂ ਹਾਈ ਕੋਰਟ 'ਚ ਵੀ ਜਿੱਥੇ ਜਿੱਥੇ ਲੋੜ ਪਈ, ਵੀ ਵਿਲ ਟੇਕ ਅਪ ਦ ਕੇਸਿਸ ਐਂਡ ਜਸਟਿਸ ਦਵਾਵਾਂਗੇ ਇਹਨਾਂ ਚੀਜ਼ਾਂ 'ਤੇ। ਬਾਕੀ ਜਦੋਂ ਦੀ ਸਰਕਾਰ ਬਣੀ ਹੈ, ਬੇਅਦਬੀਆਂ ਦੇ ਕੇਸ ਬਹੁਤ ਜ਼ਿਆਦਾ ਵੱਧ ਗਏ ਹੈ। ਪੰਜਾਬ ਸਰਕਾਰ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਇਹਨੂੰ ਰੋਕਣ ਦੀ। ਮੈਨੂੰ ਯਾਦ ਹੈ ਜਦੋਂ ਸਾਡੀ ਸਰਕਾਰ ਦੇ ਟਾਈਮ ਕੇਸ ਹੋਏ, ਉਦੋਂ ਇਹਨਾਂ ਨੇ ਪ੍ਰੋਪਾਗੈਂਡਾ ਕੀਤਾ ਕਿ ਸਾਡੀ ਸਰਕਾਰ ਇਨਵੋਲਵਡ ਹੈ, ਇੱਕ ਝੂਠ ਡਰਾਮਾ ਪੇਸ਼ ਕੀਤਾ। ਅਤੇ ਮੈਨੂੰ ਹੈਰਾਨੀ ਹੈ, ਜਿਹੜੇ ਲੋਕ ਉਦੋਂ ਧਰਨੇ ਦਿੰਦੇ ਸੀ, ਜਿਹੜੇ ਨਕਲੀ ਹੁਣ ਜਥੇਦਾਰ ਬਣੇ ਹੈ, ਉਦੋਂ ਜਾ ਕੇ ਧਰਨੇ ਦਿੰਦੇ, ਹੁਣ ਚੁੱਪ ਕਿਉਂ ਹੈ?
ਕਿਉਂਕਿ ਉਹ ਪਹਿਲੇ ਵੀ ਕਾਂਗਰਸ ਨਾਲ ਰਲੇ ਸੀ ਅਤੇ ਅੱਜ ਵੀ ਰਲੇ ਹੈ ਅਤੇ ਅਜੇ ਪੰਜਾਬ ਸਰਕਾਰ ਕੋਈ ਐਕਸ਼ਨ ਨਹੀਂ ਰਹੀ ਅਤੇ ਹੁਣ ਅੱਜ ਮੈਂ ਹੈਰਾਨ ਹਾਂ ਜਦੋਂ ਮੁੱਖ ਮੰਤਰੀ ਦਾ ਬਿਆਨ ਸੁਣਿਆ ਕਿ ਇਹਦਾ ISI ਕਰ ਰਹੀ ਹੈ ਜੇ ISI ਕਰ ਰਹੀ ਹੈ ਤਾਂ ਤੁਸੀਂ ਐਕਸ਼ਨ ਕੀ ਕਰ ਰਹੇ ਹੋ ਚੌਥੀ ਗੱਲ ਜਿਹੜੀ ਹੈਗੀ ਲਾਅ ਐਂਡ ਆਰਡਰ ਦੀ ਹੈ ਪੰਜਵੀਂ ਗੱਲ ਜਿਹੜੀ ਹੈ ਲਾਅ ਐਂਡ ਆਰਡਰ ਦੀ ਹੈ ਪਿਛਲੇ 2.5 ਮਹੀਨੇ ਦੇ ਅੰਦਰ ਜੋ ਹਾਲਾਤ ਮੈਂ ਅਖਬਾਰਾਂ 'ਚ ਪੜ੍ਹਿਆ ਤੁਸੀਂ ਰੋਜ਼ ਪੜ੍ਹ ਰਹੇ ਹੋ ਹਰ ਰੋਜ਼ ਮਰਡਰ ਗੈਂਗ ਵਾਰਸ ਲੁੱਟਖੋ ਚੱਲ ਰਹੀ ਹੈ ਬੰਬ ਬਣ ਰਹੇ ਘਰਾਂ 'ਚੋਂ ਲੱਭ ਰਿਹਾ ਐਂ ਲੱਗਦਾ ਸਰਕਾਰ ਹੈ ਹੀ ਨਹੀਂ ਤੁਸੀਂ ਕਿਸੇ ਵੀ ਦਫ਼ਤਰ ਚਲੇ ਜਾਓ ਤੁਸੀਂ ਐਂ ਕਰੋ ਕਾਂਗਰਸ ਦੇ MLA ਨੂੰ ਪੁੱਛ ਲਓ ਸਰਕਾਰ ਚੱਲ ਰਹੀ ਹੈ ਕਿ ਨਹੀਂ ਉਹ ਵੀ ਕਹਿਣਗੇ ਸਰਕਾਰ ਨਹੀਂ ਚੱਲ ਰਹੀ ਕਿਉਂਕਿ ਸਰਕਾਰ ਨਾ ਪਬਲਿਕ ਨੂੰ ਕੋਈ ਮਿਲ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਅੱਜ ਤੱਕ ਪੰਜਾਬ 'ਚ ਨਹੀਂ ਆਏ 2.5 ਮਹੀਨੇ ਹੋ ਗਏ ਬਾਦਲ ਸਾਹਿਬ ਦੀ ਸਰਕਾਰ ਦੇ ਦੌਰਾਨ ਹਰ ਰੋਜ਼ ਮੁੱਖ ਮੰਤਰੀ ਬਾਦਲ ਸਾਹਿਬ ਕਿਸੇ ਨਾ ਕਿਸੇ ਪੰਜਾਬ ਦੇ ਕੋਨੇ 'ਚ ਹੁੰਦੇ ਸੀ ਲੋਕਾਂ ਨੂੰ ਮਿਲਦੇ ਸੀ ਜੋ ਤਕਲੀਫਾਂ ਸੀ ਉੱਥੇ ਮਿਲ ਕੇ ਹੱਲ ਕਰਦੇ ਸੀ ਪਰ ਜਿਹੜੇ ਹੁਣ ਸਰਕਾਰ ਹੈ ਆਹ ਇਕੱਲੀ ਚੰਡੀਗੜ੍ਹ ਬੈਠੀ ਹੈ ਉਹਨਾਂ ਦਾ ਨਿਸ਼ਾਨਾ ਲੁੱਟਖੋ ਹੈ ਅਤੇ ਇਸ ਕਰਕੇ ਅਕਾਲੀ ਦਲ BJP ਕੋਰ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਆ ਇਸ਼ੂਜ਼ ਨੂੰ ਲੈ ਕੇ ਖਾਸ ਕਰਕੇ ਜਿਹੜੀ ਸੈਂਡ ਮਾਈਨਿੰਗ ਘਪਲਾ ਅਤੇ ਜਿਹੜੀ ਬੇਅਦਬੀ ਦੇ ਇਸ਼ੂ ਹੈ ਅਤੇ ਜਿਹੜੇ ਲੋਨ ਵੇਵਰ ਅਸੀਂ 9 ਤਰੀਕ ਨੂੰ ਹਰ ਜ਼ਿਲ੍ਹੇ ਹੈੱਡਕੁਆਰਟਰ 'ਤੇ ਦੋਨੋਂ ਪਾਰਟੀਆਂ 11 ਤੋਂ 1 ਵਜੇ ਤੱਕ DC ਦੇ ਦਫ਼ਤਰ ਸਾਹਮਣੇ ਧਰਨਾ ਦੇਣਗੇ ਮੈਮੋਰੈਂਡਮ ਦੇਣਗੇ ਉਹਦੇ ਬਾਅਦ ਅਸੀਂ 14 ਤਰੀਕ ਨੂੰ ਗਵਰਨਰ ਨੂੰ ਜੁਆਇੰਟ ਮੀਟਿੰਗ ਅਸੀਂ ਰਿਕੁਐਸਟ ਕਰਾਂਗੇ ਗਵਰਨਰ ਸਾਹਿਬ ਕੋਲ ਕਿ ਆਹ ਸਾਰੇ ਇਸ਼ੂਜ਼ ਲੈ ਕੇ ਅਲੱਗ ਅਲੱਗ ਡਿਪਾਰਟਮੈਂਟ ਨੂੰ ਜਿੱਥੇ ਰੈਫਰ ਕਰਨ ਗਵਰਨਰ ਸਾਹਿਬ ਰੈਫਰ ਕਰਨ ਜਿਵੇਂ ਜਿਹੜੇ ਕਪਲੇ ਹੋਏ ਹੈ ਉਹ ਪੰਜਾਬ ਗਵਰਨਮੈਂਟ ਗਵਰਨਰ ਸਾਹਿਬ ਨੂੰ ਰਿਕੁਐਸਟ ਕਰਾਂਗੇ ਉਹ ED ਨੂੰ ਜਾਂ ਇਨਕਮ ਟੈਕਸ ਡਿਪਾਰਟਮੈਂਟ ਜਾਂ CBI ਨੂੰ ਉਹ ਕੇਸ ਰੈਫਰ ਕਰਨ ਕਿਉਂਕਿ ਸਾਨੂੰ ਪੂਰਾ ਯਕੀਨ ਹੈ ਕਿ ਕੈਪਟਨ ਸਾਹਿਬ ਦੀ ਸਰਕਾਰ ਨੇ ਤਾਂ ਕੁਛ ਕਰਨਾ ਨਹੀਂ ਉਹ ਤਾਂ ਕਵਰ ਅਪ ਮਿਸ਼ਨ 'ਤੇ ਹੋਈ ਹੈ ਮੁੱਖ ਮੰਤਰੀ ਨੇ ਅੱਜ ਤੱਕ ਇੱਕ ਵੀ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਦੇ ਮੁੱਖ ਮੰਤਰੀ ਦੇ ਆਪਣੇ ਕੈਬਨਿਟ ਦਾ ਮੰਤਰੀ ਘੁਟਾਲੇ 'ਚ ਇਨਵੋਲਵਡ ਹੈ ਐਡੀਟੋਰੀਅਲ ਲਿਖੇ ਜਾ ਰਹੇ ਹੈ ਅਖਬਾਰਾਂ ਨੇ ਡਿਟੇਲ ਛਾਪੀਆਂ ਅਤੇ ਸਰਕਾਰ ਤਰਫੋਂ ਕੋਈ ਰਿਸਪੋਂਸ ਨਹੀਂ ਹੈ ਰਿਸਪੋਂਸ ਇੱਕ ਆਪਣਾ ਜੱਜ ਲਾ ਦਿੱਤਾ ਜਿਹਦੇ ਨਾਲ ਹਰ ਰੋਜ਼ ਜਸਟਿਸ ਨਾਰੰਗ ਅਤੇ ਰਾਣਾ ਗੁਰਜੀਤ ਦਾ ਤੁਸੀਂ ਰਿਕਾਰਡ ਦੇਖ ਲਓ ਮੋਬਾਈਲ ਨੰਬਰ ਦੇਖ ਲਓ ਹਰ ਰੋਜ਼ ਉਹਨਾਂ ਦੇ ਘਰ ਇਕੱਠੇ ਡਿਨਰ ਖਾਂਦੇ ਹੈ ਇਕੱਠੇ ਉਹਨਾਂ ਦੀ ਫੈਮਿਲੀ ਰਿਲੇਸ਼ਨਸ਼ਿਪ ਹੈ ਔਰ ਜਸਟਿਸ ਨਾਰੰਗ ਨੂੰ ਵੀ ਰਾਣਾ ਗੁਰਜੀਤ ਨੇ ਹੀ ਲਵਾਇਆ ਐਜ਼ ਅ ਜੱਜ ਫੋਰ ਦਾ ਕਮਿਸ਼ਨ ਕਿਉਂਕਿ ਉਹ ਕਵਰ ਅਪ ਕਰਨਾ ਚਾਹੁੰਦੇ ਹੈ ਪਰ ਅਸੀਂ ਉਹ ਕਵਰ ਅਪ ਨਹੀਂ ਹੋਣ ਦੇਵਾਂਗੇ ਆਹ ਇਸ਼ੂ ਲੋਜੀਕਲ ਕੰਕਲੂਜਨ ਤੱਕ ਲੈ ਕੇ ਜਾਵਾਂਗੇ ਭਾਵੇਂ ਸਾਨੂੰ ਕੋਰਟ ਜਾਣਾ ਪਏ ਭਾਵੇਂ ਸਾਨੂੰ ਵੱਖ ਵੱਖ ਡਿਪਾਰਟਮੈਂਟ ਕੋਲ ਜਾਣਾ ਪਏ ਪਰ ਜਿਹੜੀਆਂ ਇਸ਼ੂਜ਼ ਹੈ ਜਿਹੜੀ ਅਸੀਂ ਪੰਜ ਦੇ